ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜੀ ਜਿਸ ਦੇ ਵਿੱਚ ਅਧਿਆਪਕ ਦੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਤੋਂ ਅੰਮਦਾਂਗਾ ਸੋ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਦੀ ਗੱਲ ਕਰਾਂ ਹੋਰ ਬਹੁਤ ਸਾਰੀ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਲੇਟੈਸਟ ਰਿਕਰੂਟਮੈਂਟ ਅਪਡੇਟਸ ਲਈ ਜੁੜੇ ਰਹਿਣਾ ਸਾਡੇ ਨਾਲ ਸਾਰੇ ਅਪਡੇਟ ਨੂੰ ਸਭ ਤੋਂ ਪਹਿਲਾਂ ਪਾਉਣ ਦੇ ਲਈ ਤੇ ਇਸ ਦੇ ਵਿੱਚ ਅਲੱਗ-ਅਲੱਗ ਵੈਕੈਂਸੀਜ਼ ਨੇ ਦੋ ਤਰ੍ਹਾਂ ਦੇ ਨੋਟੀਫਿਕੇਸ਼ਨ ਜਿਹੜੇ ਨੇ ਜਾਰੀ ਕੀਤੇ ਗਏ ਨੇ ਸੋ ਮੈਂ ਤੁਹਾਨੂੰ ਦੋਨੋਂ ਨੋਟੀਫਿਕੇਸ਼ਨ ਦੇ ਬਾਰੇ ਦੱਸਾਂਗਾ ਔਰ ਅਫੀਸ਼ੀਅਲ ਨੋਟੀਫਿਕੇਸ਼ਨ ਦਾ ਲਿੰਕ ਵੀ ਡਿਸਕ੍ਰਿਪਸ਼ਨ ਚ ਦੇ ਦਵਾਂਗਾ ਚੈੱਕ ਜ਼ਰੂਰ ਕਰ ਲਿਓ ਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇ ਸਭ ਤੋਂ ਪਹਿਲਾਂ ਗੱਲ ਕਰਾਂ ਤਾਂ ਪਹਿਲਾ ਨੋਟੀਫਿਕੇਸ਼ਨ ਹੈ ਜਿਹੜਾ ਕਿ ਦ ਟ੍ਰਿਬਿਊਨ ਸਕੂਲ ਸਟਾਫ ਦੇ ਵਿੱਚ ਜਿਹੜੀ ਸਟਾਫ ਦੀ ਰਿਕੁਆਇਰਮੈਂਟ ਹੈ ਠੀਕ ਹੈ ਜੀ ਇਸ ਦੇ ਵਿੱਚ ਜਿਹੜੀ ਕੈਂਡੀਡੇਟਸ ਜਿਹੜੇ ਅਪਲਾਈ ਕਰਨਗੇ ਉਹ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੀਜੀਟੀ ਪੋਲੀਟੀਕਲ ਸਾਇੰਸ ਤੇ ਪੀਜੀਟੀ ਸਾਈਕੋਲੋਜੀ ਕਮ ਸਪੈਸ਼ਲ ਐਜੂਕੇਟਰ ਦੀ ਵੈਕੈਂਸੀ ਹੈ ਜਿਸ ਦੇ ਵਿੱਚ ਕੈਂਡੀਡੇਟ ਨੇ ਅਗਰ ਐਮਏ ਕੀਤੀ ਹੋਈ ਹੈ ਪੋਲੀਟੀਕਲ ਸਾਇੰਸ ਦੇ ਵਿੱਚ ਔਰ बीएड ਕੀਤੀ ਹੋਈ ਹੈ ਨਾਲ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਸਾਈਕੋਲੋਜੀ ਦੇ ਲਈ ਜਿਹੜੀ ਹੈਗੀ ਹੈ ਜੀ ਉਹਦੇ ਲਈ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਸਾਈਕੋਲੋਜੀ ਦੇ ਵਿੱਚ ਔਰ बीएड ਕੀਤੀ ਹੋਈ ਹੈ ਸਪੈਸ਼ਲ এডੂਕੇਸ਼ਨ ਦੇ ਵਿੱਚ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ ਪ੍ਰੋਫੀਸ਼ੀਐਂਸੀ ਤੁਹਾਨੂੰ ਹੈਗੀ ਹੈ ਰਿਟਨ ਇਨ ਸਪੋਕਨ ਇੰਗਲਿਸ਼ ਦੀ ਮੰਡੀਟਰੀ ਹੈ ਠੀਕ ਹੈ ਜੀ ਔਰ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਹੈਂਡਰਾਈਟਿੰਗ ਅਪਲੀਕੇਸ਼ਨਸ ਠੀਕ ਹੈ ਐਸੈਂਸ਼ੀਅਲ ਅਪਲਾਈਂਗ ਜੇ ਤੁਸੀਂ ਕੀ ਕੀ ਕਰੋਗੇ ਤੁਹਾਡਾ ਅਪਲੋਡ ਕਰਨਾ ਹੈ ਤੁਸੀਂ ਆਪਣਾ ਠੀਕ ਹੈ ਜੀ ਆਪਣਾ ਹੈਂਡ ਹੈਂਡਰਾਈਟਨ ਅ ਨਾ ਹੋਏ ਮਤਲਬ ਤੁਸੀਂ ਟਾਈਪ ਨਹੀਂ ਕਰਨੀ ਹੈਂਡ ਰਿਟਨ ਕਰਨੀ ਹੈ ਕੈਂਡੀਡੇਟ ਜਿਹੜਾ ਹੈ ਆਪਣਾ ਅਪਡੇਟਡ ਬਾਇਓ ਡਾਟਾ ਠੀਕ ਹੈ ਜੀ ਡਾਟਾ ਸ਼ੀਟ ਜਿਹੜੀ ਹੈ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੋ ਕਿ ਐਕਿਊਰੇਟ ਫਾਰਮੈਟ ਹੈਗੀ ਹੈ ਸੋ ਡਾਟਾ ਸ਼ੀਟ ਅਵੇਲੇਬਲ ਹੈ ਇਹਨਾਂ ਦੇ ਡਾਊਨਲੋਡ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਉੱਥੋਂ ਅਪਲਾਈ ਕਰ ਸਕਦੇ ਹੋ ਜੀ ਸੋ ਵਿਥਿਨ 10 ਡੇਸ ਤੁਹਾਨੂੰ ਜਿਹੜੇ ਜੀ ਇਹਦੇ ਲਈ ਅਪਲਾਈ ਕਰਨਾ ਹੋਏਗਾ ਸ਼ਾਰਟਲਿਸਟਡ ਕੈਂਡੀਡੇਟ ਨੂੰ ਬੁਲਾਇਆ ਜਾਏਗਾ ਇੰਟਰਵਿਊ ਦੇ ਲਈ ਠੀਕ ਹੈ ਜੀ ਇੰਟਰਵਿਊ ਪ੍ਰੋਸੈਸ ਦੇ ਲਈ ਔਰ ਐਡਰੈਸ ਜਿਹੜਾ ਜਿੱਥੇ ਤੁਸੀਂ ਆਪਣੀ ਐਪਲੀਕੇਸ਼ਨ ਭੇਜ ਦੇ ਸੈਕਿੰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਸੈਕਿੰਡ ਨੋਟੀਫਿਕੇਸ਼ਨ ਜਿਹੜਾ ਹੈ ਬੀਐਸਐਫ ਸੀਨੀਅਰ ਸਕੈਂਡਰੀ ਸਕੂਲ ਜਲੰਧਰ ਕੈਂਟ ਵੱਲੋਂ ਆਊਟ ਕੀਤਾ ਗਿਆ ਹੈ ਜਿਸ ਦੇ ਵਿੱਚ ਪੀਜੀਟੀ ਫਿਜ਼ਿਕਸ ਕਮਰਸ ਬਾਇਓਲੋਜੀ ਫਿਜ਼ੀਕਲ এডਿਕੇਸ਼ਨ ਦੇ ਲਈ ਵੈਕੈਂਸੀਸ ਆਊਟ ਕੀਤੀਆਂ ਗਈਆਂ ਨੇ ਔਰ ٹیਜੀਟੀ ਟ੍ਰੇਨਿੰਗ ਗ੍ਰੈਜੂਏਟ ਟੀਚਰ ਦੀ ਪੰਜਾਬ ਆਰਟਸ ਐਂਡ ਕraft ਸਾਇੰਸ ਮੈਥ ਇੰਗਲਿਸ਼ ਐਂਡ ਸੋਸ਼ਲ ਸਾਇੰਸ ਦੀਆਂ ਵੈਕੈਂਸੀਸ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਹਨਾਂ ਦੇ ਲਈ ਤੁਸੀਂ ਅਪਲਾਈ ਕਰਨਾ ਜਿਹੜਾ ਹੋਏਗਾ ਰੈਲੇਵੈਂਟ ਤੁਸੀਂ ਬੀਐਡ ਕੀਤੀ ਹੋਈ ਹੈ ਠੀਕ ਹੈ ਜੀ ਤਾਂ ਸਬਜੈਕਟ ਦੇ ਨਾਲ ਰੈਲੇਵੈਂਟ ਸਬਜੈਕਟ ਦੇ ਨਾਲ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਔਰ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਜਿਹੜੀ ਕੈਂਡੀਡੇਟ ਨੇ ਅਪਲਾਈ ਕਰਨਾ ਹੈ ਉਹ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਆ ਜੀ ਠੀਕ ਹੈ ਜ ਯਾਨੀ ਇਹਦੇ ਲਈ ਥੋੜਾ ਇੰਟਰਵਿਊ 22 6 2023 ਤੱਕ ਜਿਹੜਾ ਜੀ ਹੋਏਗਾ ਇਹਨਾਂ ਦੇ ਦਿੱਤੇ ਗਏ ਐਡਰੈਸ ਦੇ ਉੱਪਰ ਜੋ ਕਿ ਬੀਐਸਐਫ ਸੀਨੀਅਰ ਸੈਂਡੀ ਸਕੂਲ ਜਲੰਧਰ ਵਿਖੇ ਹੋਏਗਾ ਆਪਣੇ ਸਾਰੇ origignal documents ਤੁਸੀਂ ਨਾਲ ਲੈ ਕੇ ਜਾਣੇ ਨੇ ਇਹਨਾਂ ਦੀ ਵੈਬਸਾਈਟ ਦੋਨੇ ਦਿੱਤੀਆਂ ਹੋਈਆਂ ਨੇ ਆ ਸੈਕਿੰਡ ਵਾਲੀ ਜਿਹੜੀ ਹੈ ਇਹ ਓਪਨ ਨਹੀਂ ਹੋ ਰਹੀ ਤੁਸੀਂ ਇਹਨੂੰ ਓਪਨ ਨਾ ਕਰਿਓ ਫਰਸਟ ਵਾਲੀ ਤੁਸੀਂ ਓਪਨ ਕਰ ਸਕਦੇ ਹੋ ਇਹਨਾਂ ਨੇ ਆਪਣਾ ਜਿਹੜਾ ਬਾਇਓ ਡਾਟਾ ਡਿਟੇਲ ਜਿਹੜੀ ਇਹਨਾਂ ਨੇ ਸਾਰੀ ਉੱਥੇ ਅਪਡੇਟ ਕੀਤੀ ਹੋਈ ਹੈ ਜਾ ਕੇ ਚੈੱਕ ਕਰ ਲੈਣਾ ਅਪਲੀਕੇਸ਼ਨ ਫਾਰਮ ਤੇ ਨੋਟੀਫਿਕੇਸ਼ਨ ਵੀ ਬਾਕੀ ਇਸ ਪੋਸਟ ਦਾ ਲਿੰਕ ਮੈਂ ਤੁਹਾਨੂੰ ਡ ਨੋਟੀਫਿਕੇਸ਼ਨ ਜਿਹੜਾ ਕਿ ਟੀਚਰ ਵੈਕੈਂਸੀਸ ਦਾ ਆਊਟ ਹੋਇਆ ਹੈ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ